ਸੀ ਉਹ ਗਿੱਧਾ ਜਿਹੜਾ ਸੀਗਾ ਉਹ ਬੜਾ ਉਸ ਟਾਈਮ ਸਰਕਮਸਟਾਂਸਿਸ ਕੁਛ ਇਦਾਂ ਦੇ ਸੀਗੇ ਤੇ ਜਿਹੜਾ ਉਹ ਗਿੱਧਾ ਬਣ ਕੇ ਬਾਹਰ ਆਇਆ ਜਦੋਂ ਤੇ ਉਹ ਕਈ ਕਹਿੰਦੇ ਹੁੰਦੇ ਵੀ ਫੀਲਡ ਦੇ ਵਿੱਚ ਚੈਲੰਜ ਕਰਨ ਵਾਲੇ ਵੀ ਬਹੁਤ ਬੈਠੇ ਹੁੰਦੇ ਆ ਹੈ ਨਾ ਵੀ ਕੋਈ ਨਹੀਂ ਦੇਖਾਂਗੇ ਫੈਸਟੀਵਲ ਅਸੀਂ ਖੰਗਣ ਨਹੀਂ ਦਿੰਦੇ ਅਸੀਂ ਐਂ ਨਹੀਂ ਕਰਨ ਦਿੰਦੇ ਅਤੇ ਮੇਰੀ ਇੱਕ ਆਦਤ ਆ ਵੀ ਆਪਾਂ ਬੋਲ ਕੇ ਨਹੀਂ ਕੰਮ ਕਰਨਾ ਬੰਦੇ ਨੂੰ ਨਾ ਕਰਕੇ ਦਿਖਾਓ ਜਿਸ 'ਚ ਕਾਬਲੀਅਤ ਆ ਉਹ ਕਰਕੇ ਦਿਖਾਉਂਦਾ ਹੈ ਉਹ ਬੋਲੇਗਾ ਨਹੀਂ ਵੀ ਮੈਂ ਆਏ ਹਾਂ ਮੈਂ ਉਹ ਹਾਂ ਮੈਂ ਇੰਨਾ ਕਰਤਾ ਮੈਂ ਉਨਾ ਕਰਤਾ ਉਹ ਕਰਕੇ ਦਿਖਾਏਗਾ ਜਦੋਂ ਕਰਕੇ ਦਿਖਾਉਂਦਾ ਨਾ ਤਾਂ ਫਿਰ ਸਭ ਦੇ ਮੂੰਹ ਬੰਦ ਹੁੰਦੇ ਹੁੰਦੇ ਆ ਅਤੇ ਉਹ ਬਸ ਉਹ ਮੂੰਹ ਕਈਆਂ ਦੇ ਬੰਦ ਕੀਤੇ ਉਸ ਗਿੱਧੇ ਨੇ ਮੇਰੇ ਅਤੇ ਉਹ ਗਿੱਧਾ ਮੇਰਾ ਨੈਸ਼ਨਲ ਲੈਵਲ ਤੱਕ ਬੱਚੇ ਪਰਫੋਰਮ ਕਰਕੇ ਆਏ ਆ ਬੜਾ ਮੈਂ ਉਸ ਗਿੱਧੇ ਦੇ ਬੱਚਿਆਂ ਨੂੰ ਵੀ ਬੜਾ ਯਾਦ ਕਈ ਵਾਰੀ ਅਸੀਂ ਕਰੀਦਾ ਹੁਣ ਤੁਸੀਂ ਗੱਲ ਕੀਤੀ ਤਾਂ ਮੈਨੂੰ ਉਹਦੀਆਂ ਉਸ ਗਿੱਧੇ ਦੀਆਂ ਕਈ ਗੱਲਾਂ ਯਾਦ ਆ ਗਈਆਂ ਜਿਵੇਂ ਕਿ ਅਸੀਂ ਜਦੋਂ ਉਸ ਗਿੱਧੇ 'ਚ ਤਮਾਸ਼ਾ ਲਾਇਆ ਸੀ ਐਡਾ ਵੱਡਾ ਬਿੱਲ ਹਾਏ ਮੇਰਾ ਦਿਲ ਅਤੇ ਸਾਡੇ ਮੈਡਮ ਡਾਕਟਰ ਕੁਲਵੀਰ ਸਰਾਟੀਂਡ ਸਾਹਿਬ ਗਿੱਧੇ ਦੇ ਇੰਚਾਰਜ ਸੀਗੇ ਅਤੇ ਸਾਡੇ ਰਮਾ ਮੈਡਮ ਇੱਕ ਪੰਜਾਬੀ ਦੇ ਲੈਕਚਰਰ ਉਹ ਇੰਚਾਰਜ ਗਿੱਧੇ ਦੇ ਅਤੇ ਉਹਨਾਂ ਨੇ ਕਿਹਾ ਪ੍ਰਵੇਸ਼ ਇਹ ਤਾਂ ਅਸੀਂ ਨਾ ਗਿੱਧਾ ਇਹ ਤਮਾਸ਼ਾ ਅਸੀਂ ਸੁਣਿਆ ਹੋਇਆ ਹੈ ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਡਮ ਵੀ ਇਹ ਤੁਸੀਂ ਕਿੱਥੇ ਸੁਣਿਆ ਹੋਇਆ ਕਹਿੰਦੇ ਕਿ ਇਹ ਨਾ ਅਸੀਂ ਆਮ ਵਿਆਹ ਸ਼ਾਦੀਆਂ 'ਤੇ ਸੁਣਿਆ ਮੈਂ ਕਿਹਾ ਜੀ ਵਿਆਹ ਸ਼ਾਦੀਆਂ 'ਚ ਸੁਣਿਆ ਮੈਂ ਕਿਹਾ ਜੀ ਇਹ ਚੀਜ਼ ਆਪਾਂ ਸਟੇਜ 'ਤੇ ਕਦੀ ਦੇਖੀ ਆ ਅਤੇ ਉਹ ਕਹਿੰਦੇ ਵੀ ਸਟੇਜ 'ਤੇ ਤਾਂ ਨਹੀਂ ਹੈ ਨਾ ਪ੍ਰਵੇਸ਼ ਵੀ ਇਹ ਪਰ ਸੁਣਿਆ ਸਾਰਿਆਂ ਦੇ ਮੂੰਹ ਚੜਿਆ ਮੈਂ ਕਿਹਾ ਜੀ ਜਿਹੜੀ ਚੀਜ਼ ਮੂੰਹ 'ਤੇ ਚੜ੍ਹੀ ਹੋਵੇ ਨਾ ਤਾਂ ਉਹ ਜ਼ਿਆਦਾ ਕਈ ਵਾਰੀ ਇਫੈਕਟ ਕਰ ਦਿੰਦੀ ਹੈ ਉਹ ਵਾਕਈ ਉਹ ਕੁੜੀਆਂ ਨੇ ਦਿਲਸ਼ਾਦ ਹੋ ਗਈ ਕੁੜੀ ਮਨਵੀਰ ਹੋ ਗਈ ਇੰਨਾ ਉਹਨਾਂ ਨੇ ਰੂਹਦਾਰੀ ਦੇ ਨਾਲ ਉਹ ਤਮਾਸ਼ਾ ਕੀਤਾ ਮਤਲਬ ਦਿਲ ਖੁਸ਼ ਹੁੰਦਾ ਹੈ ਮੈਂ ਨਾ ਉਸ ਗਿੱਧੇ ਨੂੰ ਦੇਖਣਾ ਛੱਡ ਦਿੱਤਾ ਹੈ ਯੂਟਿਊਬ 'ਤੇ ਮੈਂ ਕਈ ਵਾਰ ਕਮੈਂਟਸ ਵੀ ਨਹੀਂ ਇੰਨਾ ਜ਼ਿਆਦਾ ਪੜ੍ਹਦਾ ਤਾਂ ਮੇਰੇ ਬੱਚੇ ਹੀ ਪੜ੍ਹਦੇ ਪੁੜਦੇ ਰਹਿ ਕੇ ਮੈਨੂੰ ਦੱਸਦੇ ਭਾਅ ਜੀ ਉੱਥੇ ਆਹ ਕਮੈਂਟ ਵੱਜਿਆ ਹੋਇਆ ਭਾਅ ਜੀ ਐਂ ਹੋਇਆ ਤਾਂ ਮੈਂ ਉਹ ਗਿੱਧਾ ਤਾਂ ਦੇਖਣਾ ਛੱਡਦਾ ਕਿਉਂਕਿ ਜਦੋਂ ਉਹ ਗਿੱਧਾ ਦੇਖਦਾ ਨਾ ਤਾਂ ਮੈਂ ਇਹ ਦੇਖਦਾ ਵੀ ਜਿਹੜੇ ਮੇਰੇ ਆਉਣ ਵਾਲਾ ਜਿਹੜਾ ਮੈਂ ਹੋਰ ਕੰਮ ਕਰ ਰਿਹਾ ਉਹ ਮੈਨੂੰ ਹਜੇ ਵੀ ਫਿੱਕਾ ਲੱਗਦਾ ਹੈ ਉਹ ਗਿੱਧੇ 'ਚ ਆਪਣਾਪਨ ਬਹੁਤ ਹੈ ਉਹਦੇ 'ਚ ਮੈਨੂੰ ਖੁਦ ਨੂੰ ਪਰਸਨਲੀ ਇਹ ਲੱਗਦਾ ਵੀ ਵਾਕਈ ਨਾਨਕੇ ਦਾਦਕੇ ਜਿਹੜੇ ਹੈਗੇ ਆ ਨਾ ਆਪਸ 'ਚ ਭਿੜ ਰਹੇ ਨੇ
ਸ਼ਕਾਲ ਜੀ, ਮੇਰਾ ਨਾਮ ਹੈ ਦਿਲਸ਼ਾਦ ਕੌਰ ਰੰਧਾਵਾ ਅਤੇ ਜਿੱਥੇ ਗੱਲ ਆਉਂਦੀ ਹੈ ਗਿੱਧੇ ਦੀ ਅਤੇ ਪ੍ਰਵੇਸ਼ ਭਾਅ ਜੀ ਦੀ, 2014 'ਚ ਸਾਨੂੰ ਯਾਦ ਹੈ, ਮੈਂ 13 'ਚ ਜਦੋਂ ਫਸਟ ਈਅਰ 'ਚ ਸੀ, ਅਸੀਂ ਉਦੋਂ ਵੀ ਇੱਕ ਗਿੱਧਾ ਪਾਇਆ ਸੀ ਜਿਹੜਾ ਕਿ ਕਹਿ ਲਓ ਕਿ ਬਸ ਅਸੀਂ ਵੀ ਕੁੜੀਆਂ ਇਕੱਠੀਆਂ ਹੋਈਆਂ ਵਿਚਾਰੀਆਂ ਨੇ, ਆਪੇ ਮਿਹਨਤ ਕੀਤੀ। ਇੱਕ ਸਾਡੇ ਸੀਨੀਅਰ ਸੀ ਦੀਦੀ, ਉਹਨਾਂ ਨੇ ਜਿਵੇਂ ਤਿਵੇਂ ਟੀਮ ਬਣਾਈ। ਸਾਡੇ ਕੋਲ ਐਸ ਸੱਚ ਕੋਈ ਕੋਚ ਨਹੀਂ ਸੀ, ਕੋਈ ਸਿਖਾਉਣ ਵਾਲਾ ਨਹੀਂ ਸੀ। ਸਿਰਫ ਉਦੋਂ ਅਸੀਂ ਐਂ ਪਾਇਆ ਕਿ ਸਾਨੂੰ ਗਿੱਧਾ ਪਾਉਣ ਦਾ ਸ਼ੌਂਕ ਸੀ। ਕਾਲਜ ਦੇ ਵਿੱਚ ਕਾਲਜ ਦੀ ਟੀਮ 'ਚ ਆਉਣਾ, ਗਿੱਧਾ ਪਾਉਣਾ, ਸਟੇਜ 'ਤੇ ਚੜ੍ਹਨਾ, ਘਬਰਾਹਟ ਸਾਰਿਆਂ ਨੂੰ ਹੁੰਦੀ ਆ, ਬਟ ਇੱਕ ਦਿਲ 'ਚ ਨਾ ਚਾਹ ਸੀ ਕਿ ਹਾਏ ਗਿੱਧਾ ਪਾਵਾਂਗੇ, ਕਾਲਜ ਦੀ ਟੀਮ 'ਚ ਆ ਗਏ। ਬਟ ਅਸੀਂ ਉਦੋਂ ਗਿੱਧੇ ਦੇ ਨਾਂ 'ਤੇ ਕੁਛ ਨਹੀਂ ਸਿੱਖਿਆ ਸੀ, ਸਿਰਫ ਤਾੜੀਆਂ ਜਿਹੀਆਂ ਮਾਰੀਆਂ ਅਤੇ ਸਟੇਜ 'ਤੇ 2-4 ਬੋਲੀਆਂ ਸਾਨੂੰ ਜਿਹੜੇ ਦੱਸਤੀਆਂ ਸੀ ਪਾ ਕੇ ਆ ਗਏ, ਪਰ ਉਹਦਾ ਕੋਈ ਐਸਾ 'ਚ ਰਿਜ਼ਲਟ ਨਹੀਂ ਸੀ। ਅਗਲੇ ਸਾਲ ਜਦੋਂ ਭਾਅ ਜੀ ਕਾਲਜ 'ਚ ਆਏ, ਪਹਿਲਾਂ ਤਾਂ ਸਾਨੂੰ ਬੜੀ ਘਬਰਾਹਟ ਕਿ ਨਵਾਂ ਕੋਚ ਹੈ, ਪਤਾ ਨਹੀਂ ਕਿਵੇਂ ਹੋਊ। ਇੱਕ ਇਹਨਾਂ ਦੇ ਬੜੀ ਸਟ੍ਰਿਕਟ ਜਿਹੀ ਲੁੱਕ ਸੀ ਵੀ ਪਤਾ ਨਹੀਂ ਕਿਵੇਂ ਦਾ ਸੁਭਾਅ ਹੋਊਗਾ, ਅੱਛਾ ਆਡੀਸ਼ਨ ਵੀ ਰੱਖ ਲਏ, ਹਾਏ ਵੀ ਅਸੀਂ ਨਹੀਂ, ਹੈ ਨਾ, ਅਸੀਂ ਕੋਚ ਨਹੀਂ ਨਵਾਂ ਲੈ ਕੇ ਆਉਣਾ ਵੀ ਅਸੀਂ ਆਪੇ ਸਾਰ ਲਾਂਗੇ। ਬਟ ਫਿਰ ਜਦੋਂ ਭਾਅ ਜੀ ਆ ਗਏ ਅਤੇ ਸਾਡੀ ਪ੍ਰੈਕਟਿਸ ਸ਼ੁਰੂ ਹੋਈ ਅਤੇ ਸਾਡੇ ਨਾਲ ਜਿਵੇਂ ਜਿਵੇਂ ਹੌਲੀ ਹੌਲੀ ਵਿਚਰਦੇ ਗਏ ਸੀ ਭਾਅ ਜੀ ਨਾਲ, ਸਾਨੂੰ ਉਦੋਂ ਮਹਿਸੂਸ ਹੋਇਆ ਕਿ ਕੋਚ ਹੁੰਦਾ ਕੀ ਹੈ, ਕਿਉਂਕਿ ਉਦੋਂ ਪਹਿਲਾਂ ਸਾਡੇ ਕੋਲ ਕੋਚ ਨਹੀਂ ਸੀ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਮਨਵੀਰ ਕੌਰ ਹੈ ਅਤੇ ਮੈਂ ਅੱਜ ਕੱਲ੍ਹ ਫਿਲਮਾਂ 'ਚ ਕੰਮ ਕਰਦੀ ਹਾਂ। ਤੁਸੀਂ ਮੈਨੂੰ ਛੋਟੇ ਮੋਟੇ ਰੋਲ 'ਚ ਦੇਖਿਆ ਹੋਊਗਾ। ਮੈਂ ਦਾਰਾ ਫਿਲਮ ਕੀਤੀ ਸੀਗੀ, ਉਸ ਤੋਂ ਬਾਅਦ ਕਿਸਮਤ, ਛੜਾ ਅਤੇ ਹੋਰ ਕਈ ਕਾਲਜਿਸ 'ਚ ਮੈਂ ਗਿੱਧਾ ਕਰਵਾਉਂਦੀ ਹਾਂ। ਭਾਅ ਜੀ ਦੀ ਗੱਲ ਕਰਦੀ ਹਾਂ ਮੈਂ, ਭਾਅ ਜੀ ਨੇ ਸਾਨੂੰ ਹਮੇਸ਼ਾ ਆਜ਼ਾਦ ਰੱਖਿਆ ਸਾਰਿਆਂ ਨੂੰ। ਅਸੀਂ ਕਿਸੇ ਨਾਲ ਵੀ ਨੱਚ ਸਕਦੇ ਸੀ, ਜਾ ਕੇ ਪਰਫੋਰਮ ਕਰ ਸਕਦੇ ਸੀ, ਅਸੀਂ ਕਿਸੇ ਵੀ ਡਾਂਸ ਅਕੈਡਮੀ ਨੂੰ ਜੁਆਇਨ ਕਰ ਸਕਦੇ ਸੀਗੇ। ਮੈਂ ਆਪਣੇ ਗਿੱਧੇ ਤੋਂ ਬਾਅਦ ਸੰਗਰੂਰ ਕਾਲਜ 'ਚ ਗਿੱਧਾ ਕਰਵਾਉਣ ਵੀ ਗਈ ਹਾਂ। ਭਾਅ ਜੀ ਨੇ ਮੈਨੂੰ ਕਿਹਾ ਕਿ ਤੂੰ ਜਾ, ਓਬਵੀਅਸਲੀ, ਕਿਉਂਕਿ ਜੇ ਸਿਖਾਇਆ ਉਹਨਾਂ ਨੇ, ਉਹ ਵੀ ਚਾਹੁੰਦੇ ਸੀ ਅਸੀਂ ਜਾਈਏ ਕਿਤੇ ਕੁਛ ਕਰੀਏ, ਆਪਣਾ ਆਪਣਾ ਕੰਮ ਕਰਦੇ ਹਾਂ। ਹੁਣ ਕਈ ਕਿਸੇ ਨੂੰ ਪੜ੍ਹਾਉਂਦਾ ਕਿਤੇ, ਬਾਜਵਾ ਵੀ ਸਕੂਲ 'ਚ, ਹੁਣ ਵੀ ਕਿਸੇ ਕਈ ਅਕੈਡਮੀਜ਼ 'ਚ, ਮੈਂ ਵੀ ਕਈ ਅਕੈਡਮੀਜ਼ ਲਈ ਕੰਮ ਕਰਦੀ ਹਾਂ। ਅਸੀਂ ਸਾਰੇ ਅਲੱਗ ਅਲੱਗ ਜਗ੍ਹਾ ਪਰਫੋਰਮ ਕਰਦੇ ਰਹੇ ਹਾਂ, ਹੋਰ ਕਾਲਜ ਦੇ ਜਿਹੜੇ ਕੋਚ ਨੇ ਉਹਨਾਂ ਨਾਲ ਵੀ ਪਰਫੋਰਮ ਕਰਦੇ ਰਹੇ ਨੇ, ਪਰ ਕਦੇ ਮੈਨੂੰ ਪਿੱਛੋਂ ਕਦੇ ਭਾਅ ਜੀ ਦਾ ਕਦੇ ਫੋਨ ਨਹੀਂ ਆਇਆ ਕਿ ਤੂੰ ਉਹਦੇ ਨਾਲ ਕਿਉਂ ਪਰਫੋਰਮ ਕਰ ਰਹੀ ਹੈ, ਤੂੰ ਉੱਥੇ ਮੇਰਾ ਨਾਮ ਕਿਉਂ ਨਹੀਂ ਲਿਆ, ਤੂੰ ਉੱਥੇ ਮੇਰਾ ਨਾਮ ਕਿਉਂ ਨਹੀਂ ਲਿਆ, ਮੈਂ ਤੂੰ ਮੇਰੀ ਸਟੂਡੈਂਟ ਹੈ। ਇਹੋ ਜਿਹੇ ਸਾਡੇ ਨਾਲ ਨਹੀਂ ਹੋਇਆ, ਪਰ ਮੈਂ ਦੇਖਦੀ ਹਾਂ ਆਲੇ ਦੁਆਲੇ, ਹੁਣ ਜਿਵੇਂ ਹੋਰ ਬੱਚੇ ਆ ਜਿਵੇਂ ਉਹਨਾਂ ਨੂੰ ਕਰਾਉਂਦੀ ਵੀ ਹਾਂ, ਤਾਂ ਉਹ ਪੁੱਛਦੇ ਨੇ ਕਿ ਬਿਜਲੀ ਭਾਈ ਜੀ ਸਾਨੂੰ ਕਰਾ ਦੇਣਗੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਹੋਰ ਕਾਲਜਿਸ ਦੇ ਬੱਚੇ ਉਹ ਕੋਚ ਕੋਲ ਸਿੱਖਣ ਨਹੀਂ ਆ ਸਕਦੇ, ਕਿਉਂਕਿ ਉਹਨਾਂ ਦੇ ਸਟੈਂਪ ਲੱਗ ਗਈ ਹੈ ਕਿ ਉਹ ਖਾਲਸਾ ਕਾਲਜ ਦੇ ਹੈ, ਉਹ SD ਕਾਲਜ ਦੇ ਹੈ, ਉਹ 46 ਕਾਲਜ ਦੇ ਹੈ। ਜਦੋਂ 3-4 ਸਾਲ ਬਾਅਦ ਸਾਨੂੰ, ਕਿਉਂਕਿ ਮੇਰਾ ਫਾਈਨਲ ਈਅਰ ਸੀ ਉਦੋਂ, ਮੈਨੂੰ ਇਹ ਸੀ ਕਿ ਸਾਨੂੰ ਕੋਈ ਅੱਛਾ ਕੋਚ ਮਿਲੇ, ਤਾਂ ਮੈਂ ਤਾਂ ਬਹੁਤ ਖੁਸ਼ ਹਾਂ ਕਿ ਮੈਂ ਗਿੱਧਾ ਪਾਇਆ, ਅਤੇ 2014 ਦਾ ਉਹ ਗਿੱਧਾ ਹਜੇ ਵੀ ਯੂਟਿਊਬ 'ਤੇ ਇੰਨਾ ਮਸ਼ਹੂਰ ਹੈ। ਨਹੀਂ ਤਾਂ ਅਸੀਂ ਵੀ ਮਿਹਨਤ ਕਰਦੇ ਸੀਗੇ, ਇੱਕ ਅੱਛਾ ਗੁਰੂ ਹੋਣਾ ਬਹੁਤ ਜ਼ਰੂਰੀ ਸੀਗਾ ਸਾਡੇ ਲਈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਵਜੋਤ ਕੌਰ ਹੈ ਅਤੇ ਮੈਂ MSc BEd ਹਾਲੀ ਕੰਪਲੀਟ ਕੀਤੀ ਹੈ, ਅਤੇ 2014 ਵਾਲਾ ਗਿੱਧਾ ਮੇਰਾ ਪਹਿਲਾ ਗਿੱਧਾ ਸੀਗਾ, ਅਤੇ ਉਹ ਗਿੱਧੇ ਬਹੁਤ ਹੀ ਜ਼ਿਆਦਾ ਉਹ ਯਾਦਗਾਰ ਸੀ ਸਾਡੀ ਸਾਰੀ ਟੀਮ ਵਾਸਤੇ। ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਉਦੋਂ, ਪਹਿਲਾਂ ਅਸੀਂ ਜ਼ੋਨਲ ਜਿੱਤੇ, ਫਿਰ ਇੰਟਰ ਜ਼ੋਨਲ, ਫਿਰ ਉਸ ਤੋਂ ਬਾਅਦ ਅਸੀਂ ਨੈਸ਼ਨਲ ਗਏ, ਅਸੀਂ ਅਸਾਮ ਤੱਕ ਉਹ ਗਿੱਧਾ ਪਹੁੰਚਾਇਆ, ਅਤੇ ਅਸਾਮ ਵਿੱਚ ਸਾਡੀਆਂ ਬਹੁਤ ਮੈਮਰੀਜ਼ ਜੁੜੀਆਂ। ਸਾਰੇ ਸੱਭਿਆਚਾਰ ਉੱਥੇ, ਸਾਰੀ ਸਟੇਟਸ ਦੇ ਸੱਭਿਆਚਾਰ ਉੱਥੇ ਲੈ ਕੇ ਆਏ ਸੀ ਆਪਣੇ।
ਭਾਵੇਂ ਸਾਰੇ ਹੀ ਆਪਣੇ ਕਲਚਰ ਦੇ ਵਿੱਚ ਵਧੀਆ ਹੁੰਦੇ ਨੇ, ਸਾਰੇ ਕਲਚਰ ਸੋਹਣੇ ਹੁੰਦੇ ਆ, ਬਟ ਜੋ ਪੰਜਾਬਣਾਂ ਦਾ ਪਹਿਰਾਵਾ ਹੁੰਦਾ ਹੈ ਉਹ ਹੋਰ ਕਿਤੇ ਨਹੀਂ ਹੈ। ਪੰਜਾਬਣਾਂ ਦਾ ਪਹਿਰਾਵਾ, ਇੱਕ ਰਾਣੀਆਂ ਦੀ ਤਰ੍ਹਾਂ ਅਸੀਂ ਤਿਆਰ ਹੋਈਆਂ ਸੀ। ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਸੀ, ਬਹੁਤ ਜ਼ਿਆਦਾ, ਤਾਂ ਸਾਨੂੰ ਕਹਿੰਦੇ ਸੀ ਜੇ ਤੁਰ ਕੇ ਜਾਓਗੇ ਤਾਂ ਥੋੜ੍ਹਾ ਰਸਤਾ ਹੈ, ਜੇ ਬੱਸ 'ਚ ਜਾਣਾ ਤਾਂ ਬਹੁਤ ਦੂਰ ਪੈ ਜਾਣਾ। ਤਾਂ ਅਸੀਂ ਸੋਚਦੇ ਸੀ ਤੁਰ ਕੇ ਜਾਂਦੇ ਹਾਂ, ਤਾਂ ਅਸੀਂ 22 ਮੀਟਰ ਦੇ ਘੱਗਰੇ ਪਾ ਕੇ ਅਸੀਂ 3-3 ਕਿਲੋਮੀਟਰ ਤੁਰ ਕੇ ਜਾਂਦੀਆਂ ਸੀ, ਅਤੇ ਲੋਕ ਸਾਨੂੰ ਰੋਕ ਰੋਕ ਕੇ ਸਾਡੇ ਨਾਲ ਫੋਟੋਆਂ ਖਿਚਾਉਂਦੇ ਹੁੰਦੇ ਸੀ। ਉੱਥੇ ਵੀ ਸਾਰੀ ਸਟੇਟ ਆਪਣੇ ਪਹਿਰਾਵਿਆਂ ਵਿੱਚ ਹੁੰਦੀ ਸੀ, ਬਟ ਪੰਜਾਬਣਾ ਜੋ ਸਾਡਾ ਪਹਿਰਾਵਾ ਸੀ, ਹਰ ਕੋਈ ਆ ਕੇ ਸਾਡੇ ਨਾਲ ਹੀ ਫੋਟੋ ਖਿਚਾਉਣਾ ਚਾਹੁੰਦਾ ਸੀ ਕਿ ਪੁੱਛਦਾ ਸੀ ਇਹ ਕੀ ਹੈ, ਇਹਨੂੰ ਕੀ ਕਹਿੰਦੇ ਆ ਤੁਹਾਡੇ, ਇਹਨੂੰ ਕੀ ਕਹਿੰਦੇ ਆ। ਮਤਲਬ ਉਸ ਚੀਜ਼ ਨੇ ਸਾਨੂੰ ਇੰਨਾ ਕੁ ਜ਼ਿਆਦਾ, ਸਾਨੂੰ ਐਵੇਂ ਲੱਗ ਰਿਹਾ ਸੀ ਵੀ ਗਿੱਧੇ ਨੇ ਸਾਨੂੰ ਇੱਕ ਸਟਾਰ ਬਣਾ ਦਿੱਤਾ, ਇੰਨਾ ਜ਼ਿਆਦਾ ਵਧੀਆ ਲੱਗਿਆ ਸਾਨੂੰ ਉੱਥੇ ਜਾ ਕੇ। ਮਤਲਬ ਕਦੇ ਅਸੀਂ ਸੋਚਿਆ ਨਹੀਂ ਸੀ, ਅਸੀਂ ਗਿੱਧਾ ਪਾਉਂਦੇ ਸੀ ਆਮ ਛੋਟੇ ਹੁੰਦੇ ਵਿਆਹਾਂ 'ਤੇ, ਸਕੂਲ 'ਚ ਗਿੱਧਾ ਪਾਇਆ, ਇਹ ਛੋਟੀ ਛੋਟੀ ਚੀਜ਼ਾਂ, ਬਟ ਅਸਲ 'ਚ ਗਿੱਧਾ ਸਾਨੂੰ 2014 ਤੋਂ ਬਾਅਦ ਪਤਾ ਲੱਗਿਆ ਕਿ ਗਿੱਧਾ ਹੁੰਦਾ ਕੀ ਹੈ। ਪਵਨ ਬਾਜਵਾ ਹੈ ਅਤੇ ਮੈਂ ਇੱਕ ਸਕੂਲ ਟੀਚਰ ਹਾਂ। ਜੇ ਮੈਂ ਗੱਲ ਕਰਾਂ ਗਿੱਧੇ ਦੀ, ਗਿੱਧਾ ਮੈਂ DAV ਦੇ ਵਿੱਚ ਗਿੱਧਾ ਸਿੱਖਿਆ। ਪਹਿਲਾ ਧੰਨਵਾਦ ਮੈਂ ਕਰਦੀ ਹਾਂ ਆਪਣੇ ਕਾਲਜ ਦਾ ਜਿਹਨੇ ਮੈਨੂੰ ਸਟੇਜ ਦਿੱਤੀ, ਦੂਜਾ ਧੰਨਵਾਦ ਮੈਂ ਕਰਦੀ ਹਾਂ ਆਪਣੇ ਉਸਤਾਦ ਦਾ ਜਿਹਨੇ ਮੈਨੂੰ ਗਿੱਧਾ ਪਾਉਣਾ ਸਿਖਾਇਆ। ਮੈਨੂੰ ਨਹੀਂ ਪਤਾ ਸੀ, ਮੈਂ ਫਸਟ ਕਲਾਸ ਤੋਂ ਡਾਂਸ ਕਰ ਰਹੀ ਹਾਂ, ਪੰਜਾਬੀ ਕਰ ਲਿਆ, ਹਿੰਦੀ ਕਰ ਲਿਆ, ਹਿਮਾਚਲੀ ਕਰ ਲਿਆ, ਸਾਰਾ ਕਰ ਲਿਆ, ਬਟ ਜਦੋਂ ਮੈਨੂੰ ਪ੍ਰਵੇਸ਼ ਭਾਅ ਜੀ ਮਿਲੇ ਮੈਨੂੰ ਪਤਾ ਲੱਗਿਆ ਵੀ ਗਿੱਧਾ ਹੁੰਦਾ ਕੀ ਹੈ, ਗਿੱਧਾ ਪਾਉਣਾ ਕਿੱਦਾਂ, ਇੱਕ ਬਾਂਹ ਐਵੇਂ ਚਲਾਉਣੀ ਹੈ ਅਤੇ ਬਾਂਹ ਐਵੇਂ ਚਲਾਉਣੀ, ਇਹਨਾਂ 'ਚ ਫਰਕ ਸਾਨੂੰ ਭਾਅ ਜੀ ਨੇ ਦੱਸਿਆ ਵੀ ਬਾਹਾਂ ਚਲਾਈਦੀਆਂ ਕਿਵੇਂ ਨੇ, ਨਹੀਂ ਪਤਾ ਸੀਗਾ ਸਾਨੂੰ ਇਸ ਚੀਜ਼ ਦਾ। 2014 ਦੇ ਵਿੱਚ ਇੱਕ ਬੋਲੀ ਭਾਅ ਜੀ ਨੇ ਮੈਨੂੰ ਦਿੱਤੀ ਸੀਗੀ, ਤੀਰੀ ਰੀਰੀ ਕੰਨ ਖਜੂਰਾ, ਹਾਏ ਮੈਂ ਮਰ ਗਈ ਕੰਨ ਖਜੂਰਾ। ਇਹ ਬੋਲੀ ਨੇ ਨਾ ਇੱਕ ਮੈਨੂੰ ਪਹਿਚਾਣ ਦੇ ਦਿੱਤੀ ਕਾਲਜ ਦੇ ਵਿੱਚ, ਫਾਈਨਲ ਈਅਰ ਸੀ ਮੇਰਾ, ਲੋਕ ਮੈਨੂੰ ਜਾਣਨ ਲੱਗ ਗਏ। ਮੈਂ ਨਿਕਲਦੀ ਸੀ ਕਿਤੇ ਕੋਰੀਡੋਰ 'ਚੋਂ ਤਾਂ ਲੋਕ ਕਹਿੰਦੇ ਸੀ ਅੱਛਾ ਤੀਰੀ ਰੀਰੀ ਵਾਲੀ ਬੋਲੀ ਤੁਸੀਂ ਕੀਤੀ ਸੀ ਨਾ, ਉਹ ਪਹਿਚਾਣ। ਜਦੋਂ ਮੈਨੂੰ ਬੋਲੀ ਪਤਾ ਲੱਗੀ ਮੈਨੂੰ ਬੜੀ ਫਨੀ ਲੱਗੀ, ਮੈਂ ਕਿਹਾ ਇਹ ਤਾਂ ਨਹੀਂ ਹੋਣੀ ਭਾਅ ਜੀ, ਐਵੇਂ ਕਿਵੇਂ ਲੇਟ ਕੇ ਸਟੇਜ 'ਤੇ ਘੁੰਮ ਜਾਵਾਂਗੀ, ਮੈਂ ਐਵੇਂ ਕਿਵੇਂ ਘੁੰਮ ਜਾਵਾਂਗੀ। ਪਰ ਭਾਅ ਜੀ ਨੇ ਕਿਹਾ ਨਹੀਂ ਕਰਨੀ ਹੈ, ਔਰ ਮੈਂ ਕੀਤੀ, ਔਰ ਮੈਂ ਕਹਿੰਦੀ ਉਹ ਮੇਰੀ ਬੈਸਟ ਬੋਲੀ ਸੀ ਅੱਜ ਤੱਕ ਗਿੱਧੇ ਦੇ ਵਿੱਚ। ਮੇਰਾ ਨਾਮ ਰਮਨਜੀਤ ਕੌਰ ਹੈ, ਮੈਂ 5 ਸਾਲ ਤੋਂ ਗਿੱਧੇ ਦੇ ਵਿੱਚ ਹੀ ਹਾਂ। ਜਿਵੇਂ ਅਸੀਂ ਗੱਲ ਕਰ ਰਹੇ ਹਾਂ ਹੁਣ, ਅੱਜ ਇਕੱਠੇ ਹੋਏ ਸੀਗੇ 2014 ਦੇ ਗਿੱਧੇ ਦੀ ਗੱਲ ਕਰਨ ਲਈ, ਅਤੇ ਮੈਂ ਦੱਸਿਆ ਕਿ ਜਿਵੇਂ 5 ਸਾਲ ਅਸੀਂ ਗਿੱਧਾ ਪਾਇਆ, ਮੈਂ ਪ੍ਰਵੇਸ਼ ਭਾਅ ਜੀ ਦੇ ਕੋਲ ਹੀ ਪਾਇਆ, ਜੋ ਮੈਨੂੰ ਬਹੁਤ ਖੁਸ਼ੀ ਦੀ ਗੱਲ ਆ, ਕਿਉਂਕਿ ਮੇਰੇ 2 ਕੋਲੇਜ ਸੀ ਅਲੱਗ ਹੋ ਗਏ ਸੀ, ਇੱਕ 46 ਕੋਲੇਜ ਅਤੇ DAV ਕੋਲੇਜ, ਠੀਕ ਹੈ। ਅਤੇ 46 ਕੋਲੇਜ ਮੈਂ 3 ਸਾਲ ਗਿੱਧਾ ਪਾਇਆ ਅਤੇ DAV 2 ਸਾਲ ਪਾਇਆ, ਕਿਉਂਕਿ ਮੋਸਟਲੀ ਟਾਈਮ 5 ਸਾਲ ਹੀ ਅਸੀਂ ਪਾ ਸਕਦੇ ਹਾਂ ਗਿੱਧਾ। ਅਤੇ ਜਦੋਂ ਮੈਂ ਆਪਣਾ ਕੋਲੇਜ ਚੇਂਜ ਕੀਤਾ ਵੀ 3 ਸਾਲ ਬਾਅਦ, ਮੈਂ ਬਹੁਤ ਜ਼ਿਆਦਾ ਨਰਵਸ ਸੀ ਵੀ ਕਿਵੇਂ ਮੈਨੂੰ ਵੀ ਮੈਂ ਉਹ ਕੋਚ ਬਦਲ ਜਾਏਗਾ, ਉਹ ਕੋਚ ਪਤਾ ਨਹੀਂ ਮੈਨੂੰ ਵੀ ਇਹ ਐਕਸੈਪਟ ਕਰੇਗਾ ਨਹੀਂ, ਤੂੰ ਪ੍ਰਵੇਸ਼ ਭਾਅ ਜੀ ਦੇ ਸਟਾਈਲ ਨਾਲ ਨੱਚਦੀ ਹੈ ਜਿਵੇਂ ਤੂੰ ਸਿੱਖਿਆ ਹੈ ਕਿਵੇਂ ਕੁਛ ਵੀ। ਅਤੇ ਬਟ ਮੈਨੂੰ ਉਸ ਟਾਈਮ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਚੱਲਿਆ ਵੀ ਨਹੀਂ, ਉੱਥੇ ਵੀ ਪ੍ਰਵੇਸ਼ ਭਾਅ ਜੀ ਨੂੰ ਹੀ ਸਿਲੈਕਟ ਕਰਿਆ ਗਿਆ ਇਸ ਵਾਰ DAV ਦੇ ਵਿੱਚ, ਅਤੇ ਮੈਨੂੰ ਬਹੁਤ ਖੁਸ਼ੀ ਹੋਈ। ਅਤੇ ਸੁਣ ਕੇ ਵੀ ਮੈਂ ਉਹਨਾਂ ਦੇ ਕੋਲ ਹੀ ਗਿੱਧਾ ਪਾਵਾਂਗੀ, ਜਿਵੇਂ ਕਿ ਹੁਣ ਮੈਂ 5 ਸਾਲ ਦੀ ਗੱਲ ਕੀਤੀ ਹੈ ਵੀ ਮੈਂ 5 ਸਾਲ ਗਿੱਧਾ ਪਾਇਆ, ਅਤੇ 5 ਸਾਲ ਹੀ ਪੋਜੀਸ਼ਨ ਲਿੱਤੀ ਹੈ ਜੀ ਪ੍ਰਵੇਸ਼ ਭਾਅ ਜੀ ਦੇ ਨਾਲ ਗਿੱਧੇ, ਅਤੇ ਖੁਸ਼ੀ ਹੁੰਦੀ ਹੈ ਵੀ ਚਲੋ ਅਸੀਂ ਉਸ ਕੋਚ ਕੋਲ ਗਿੱਧਾ ਪਾਇਆ ਅਤੇ ਸਾਨੂੰ ਉਸ ਕੋਚ ਕੋਲ ਗਿੱਧਾ ਪਾਉਣ ਪੋਜੀਸ਼ਨ ਮਿਲੀ ਹੈ। ਭਾਅ ਜੀ ਸਾਨੂੰ ਬਹੁਤ ਮਿਹਨਤ ਕਰਾਉਂਦੇ ਸੀਗੇ ਅਤੇ ਸਾਨੂੰ ਕਾਫੀ ਟਾਈਮ ਰਿਹਰਸਲਸ, ਰੈਗੂਲਰ ਰਿਹਰਸਲਸ ਹੁੰਦੀਆਂ ਸੀਗੀਆਂ। ਅਤੇ ਅੱਜ ਕੱਲ੍ਹ ਲੋਕ ਇੱਕ ਗੱਲ ਬਹੁਤ ਅਜੀਬ ਲੱਗਦੀ ਆ, ਅਸੀਂ ਵੀ ਸੁਣਦੇ ਹੁੰਦੇ ਸੀ ਉਸ ਟਾਈਮ, ਜਿਵੇਂ ਕਿ ਅਸੀਂ 2 ਸਾਲ ਗਿੱਧਾ ਪਾਇਆ ਅਤੇ ਕਦੀ ਬੈਠੇ ਹੋਣਾ ਵੀ ਯਾਰ ਸਾਨੂੰ ਗਿੱਧੇ ਤੋਂ ਕੀ ਮਿਲ ਰਿਹਾ,
सानू कोई फ्यूचर है साडा गिद्धे दे विच, काम तो साडे स्टडी आऊगी क्योंकि जो भी सानू जॉब मिलेगी स्टडी रिलेटिड ही मिलेगी। तो फिर उस तो बाद असी जांदे सी नैशनल जांदे सीगे, असी 5 साल दे विच मैं 4 बार नैशनल गई हाँ, तो उस तो बाद 1 साल इंटरनेशनल गए असी भूटान। तो जिवें सानू उत्थों सरकार ने बुलाया सीगा, सरकार ने कहा सी वी तुसी साडे इधर आओ साडी कंट्री दे विच आके अपना पंजाबी कल्चर दिखाओ सानू किवें। असी उत्थे गए, सानू बहुत सारे गिफ्ट वगैरह मिले ते पैसे वगैरह भी दिते उन्होंने। फिर सानू हुंदा सी वी चलो घट्टो घट असी गिद्धे तो यह तो है कि असी अपना कल्चर तो दिखा रहे हैं लोगों नू, जो अजकल नहीं किसी नू भी नहीं पता हुंदा। तो वैसे कहना गिद्धा ही है नची लेंगे फिर की है, पर 10 मिनट जो असी नचते हुंदे सी ना ਉਹ ਸ਼ਾਇਦ ਕੋਈ ਹੋਰ ਨਹੀਂ ਸੋਚ ਸਕਦਾ। ਜੋ ਸਾਨੂੰ ਪਤਾ ਗਾਣਾ ਨੱਚਣਾ ਤਾੜੀ ਮਾਰਨੀ ਅੱਡੀ ਮਾਰਨੀ ਬਹੁਤ ਜ਼ਿਆਦਾ ਸਾਡੀ ਪਾਵਰ ਲੱਗਦੀ ਹੁੰਦੀ ਸੀਗੀ। ਅਸੀਂ ਕਹਿ ਲਓ ਸਾਰੀਆਂ ਆਪਣੇ ਆਪ ਹੀ ਥੋੜ੍ਹਾ ਬਹੁਤ ਜੋ ਮਾੜਾ ਮੋਟਾ ਆਉਂਦਾ ਸੀ ਸ਼ੁਰੂ ਤੋਂ ਉਹ ਕਰ ਕੁਰ ਕੇ ਆ ਜਾਂਦੀਆਂ ਸੀ, ਬਟ ਗਿੱਧੇ ਦੇ ਨਾਂ 'ਤੇ ਗਿੱਧਾ ਕਿਹਨੂੰ ਕਹਿੰਦੇ ਨੇ ਸਾਨੂੰ ਉਦੋਂ ਪਤਾ ਲੱਗਿਆ। ਗਿੱਧੇ ਦੀਆਂ ਬਰੀਕੀਆਂ ਬਹੁਤ ਹੁੰਦੀਆਂ ਨੇ, ਬਰੀਕੀਆਂ ਸਾਨੂੰ ਉਦੋਂ ਪਤਾ ਲੱਗੀਆਂ, ਤਾੜੀ ਕਿੱਥੇ ਟੁੱਟਣੀ ਹੈ, ਕਿਵੇਂ ਤੁਸੀਂ ਢੋਲ ਦੀ ਬੀਟ ਸੁਣਨੀ ਹੈ, ਥੋੜ੍ਹੀ ਬਹੁਤ ਨੌਲੇਜ ਤਾਂ ਚਲੋ ਹੁੰਦੀ ਹੈ ਬਟ ਓਨੀ ਡੈਪਥ ਨਹੀਂ ਸੀ ਸਾਨੂੰ ਪਤਾ। ਸਾਨੂੰ ਆਏ ਨਹੀਂ ਸੀ ਪਤਾ ਕਿ ਕਿਹੜੇ ਚੀਜ਼ਾਂ ਸੀ ਫੋਕ ਕੀ ਹੈ ਅਤੇ ਐਗਜੈਕਟਲੀ ਕਿਵੇਂ ਅਸੀਂ ਉਹਨੂੰ ਯੂ ਨੋ ਗੂੜਤਾ ਤੱਕ ਆਪਣੇ ਇੱਕ ਕਲਚਰ ਨੂੰ ਕਿੰਨਾ ਅਸੀਂ ਸਮਝ ਸਕਦੇ ਹਾਂ। ਅਸੀਂ ਕਦੇ ਬਰੀਕੀ ਨਾਲ ਸਮਝਿਆ ਨਹੀਂ ਸੀ, ਸਾਨੂੰ ਭਾਅ ਜੀ ਨੇ ਉਹ ਸਿਖਾਇਆ। ਜਿਵੇਂ ਮੈਂ ਇਹ ਨਹੀਂ ਕਹਿੰਦੀ ਕਿ ਸਿਰਫ ਹੈ ਨਾ ਵੀ ਭਾਅ ਜੀ ਨੇ ਸਾਨੂੰ ਸਿਖਾਇਆ, ਪਰ ਸਾਡੀ ਟੀਮ ਨੇ ਵੀ ਬਹੁਤ ਮਿਹਨਤ ਕੀਤੀ ਜਿਹੜਾ ਹਾਂ ਅਸੀਂ ਜੋ ਉਹਨਾਂ ਨੇ ਸਿਖਾਇਆ ਅਸੀਂ ਹੰਢਾਇਆ ਸੀ 2.5 ਮਹੀਨੇ। ਉਦੋਂ ਫਿਰ ਸਾਨੂੰ ਵੀ ਜਦੋਂ ਮਹਿਸੂਸ ਹੋਇਆ ਨਾ ਕਿ ਸਾਨੂੰ ਇੱਕ ਚੰਗਾ ਕੋਚ ਮਿਲ ਗਿਆ, ਜਿਵੇਂ ਕਹਿੰਦੇ ਨਾ ਕਿ ਹਰੇਕ ਹੀਰਾ ਹੀਰਾ ਨਹੀਂ ਹੁੰਦਾ, ਉਹਨੂੰ ਤਰਾਸ਼ਣ ਵਾਲਾ ਚਾਹੀਦਾ। ਭਾਅ ਜੀ ਨੇ ਸਾਨੂੰ ਤਰਾਸ਼ਿਆ, ਪਰ ਫਿਰ ਜਿਹੜਾ ਅਸੀਂ ਸਾਰਿਆਂ ਨੇ ਆਪਣਾ ਆਪਣਾ ਵਿੱਚ ਪਾਰਟ ਪਾਇਆ ਅਤੇ ਮਿਹਨਤ ਕੀਤੀ ਹੈ, ਉਹਦਾ ਰਿਜ਼ਲਟ ਸੀ 2014 ਦਾ ਇੰਨਾ ਸਕਸੈਸਫੁਲ ਗਿੱਧਾ।